ਸਾਰੇ ਲੋਕਾਂ ਨੂੰ ਦੱਸਣਾ ਇਹ ਚਾਹੁੰਦਾ ਮੈਂ ਗੱਲ ਦਾ ਫਾਇਦਾ ਨਹੀਂ ਚੁੱਕਣ ਦਿਆ ਮੈਂ ਮਿਹਨਤ ਕਰ ਰਿਹਾ ਜਾਂ ਮੈਂ ਨਸ਼ਾ ਵੇਚਣ ਦਿਆ ਜਾਂ ਮੈਂ ਕੋਈ ਬਲੈਕ ਕਰਨ ਦਿਆ ਫਿਰ ਮੈਨੂੰ ਕਹਿਣ ਦੇ ਹੱਕਦਾਰ ਬਣਦੇ ਆ ਦੂਜੀ ਗੱਲ ਮਾਨ ਸਾਹਿਬ ਨੇ ਮਿਹਨਤ ਬਖਸ਼ੀ ਆ ਸਾਨੂੰ ਅਕਾਲੀ ਕਾਂਗਰਸੀਆਂ ਵਾਂਗ ਨਾ ਅਸੀਂ ਗਲਤ ਧੰਦਾ ਕੀਤਾ ਤੇ ਨਾ ਅਸੀਂ ਕਰਨਾ ਮਿਹਨਤ ਕਰਦੇ ਪਿਆ ਮੈਂ ਮਿਹਨਤ ਜਿਹੜੀਆਂ ਹੈਰੀਟੇਜ ਸਟੇਟ ਦੇ ਦੁਕਾਨਾਂ ਵਾਲੇ ਉਹ ਸਾਰੇ ਦੁਕਾਨਦਾਰ ਜਿਹੜੇ ਇਹਨਾਂ ਗਲੀਆਂ ਦੇ ਵਿੱਚ ਆਪਣੇ ਵਹੀਕਲ ਪਾਰਕ ਕਰ ਜਾਂਦੇ ਜਿਹੜੇ ਇਸ ਗਲੀ ਦੇ ਵਿੱਚ ਲਹਿਣ ਵਾਲੇ ਲੋਕ ਆ ਉਹਨਾਂ ਨੂੰ ਬੜੀ ਸਮੱਸਿਆ ਆ ਰਹੀ ਸੀ ਉਹ ਅੱਜ ਅਸੀਂ ਕਾਰਪੋਰੇਸ਼ਨ ਦੇ ਸਹਿਯੋਗ ਦੇ ਨਾਲ ਪਹਿਲ ਪਹਿਲਾਂ ਅਸੀਂ ਇੱਥੇ ਵਾਰਨਿੰਗ ਕਰਕੇ ਗਏ ਸੀ ਕਿ ਤੁਸੀਂ ਆਪਣੀਆਂ ਸੜਕਾਂ ਦਾ ਸਮਾਨ ਚੁੱਕੋ ਕੱਲ੍ਹ ਅਸੀਂ ਬਕਾਇਦਾ ਮੈਂ ਅਤੇ ਸਾਡੇ ਏ ਸੀ ਪੀ ਸਾਹਿਬ ਨਾਲ ਕਾਰਪੋਰੇਸ਼ਨ ਦੇ ਅਧਿਕਾਰੀ ਵਾਰਨਿੰਗ ਕਰਕੇ ਗਏ ਸੀ ਅੱਜ ਅਸੀਂ ਵਿਦ ਕਾਰਪੋਰੇਸ਼ਨ ਆਏ ਹਾਂ ਅਤੇ ਜਿਹੜੇ ਜਿਹੜਾ ਸਮਾਨ ਰੋਡ ਦੇ ਉੱਤੇ ਪਿਆ ਸੀ ਉਹ ਜਿਹੜਾ ਕਾਰਪੋਰੇਸ਼ਨ ਨੇ ਆਪਣੇ ਕਬਜ਼ੇ 'ਚ ਲੈ ਲਿਆ ਵਾ ਮੰਨ ਲਓ ਗੱਲ ਜੇ ਇਸ ਬਾਜ਼ਾਰ 'ਚ ਦਰਬਾਰ ਸਾਹਿਬ ਤੋਂ ਹਾਰਡਲੀ 50 ਗਜ਼ ਦੀ ਦੂਰੀ 'ਤੇ ਆ ਇਹ ਬਾਜ਼ਾਰ ਭਰਿਆ ਹੀ ਰਹਿੰਦਾ 24 ਘੰਟੇ ਖਾਸ ਕਰਕੇ ਸ਼ਨੀ ਐਤਵਾਰ ਜੇ ਮੰਨ ਲਓ ਗੱਲ ਇਹ ਸਿਲੰਡਰ ਨੂੰ ਅੱਗ ਲੱਗ ਜੇ ਤਾਂ ਘੱਟੋ ਘੱਟ ਕਿੰਨੇ ਬੰਦਿਆਂ ਦਾ ਨੁਕਸਾਨ ਹੋਵੇ ਹੌਸਪੀਟਲ ਨੇ ਹੋਰ ਦੁਕਾਨਾਂ ਨੇ ਜਿਹਨਾਂ ਲੋਕਾਂ ਨੇ ਤੇ ਇੱਥੇ ਆਮ ਹੀ ਜਿੰਨੇ ਆ ਉਹਨੇ ਸੜਕਾਂ ਦੇ ਉੱਤੇ ਚਾਹ ਦੀਆਂ ਦੁਕਾਨਾਂ ਖੋਲ੍ਹ ਦਿੱਤੀਆਂ ਸੜਕਾਂ ਦੇ ਉੱਤੇ ਜਿਹੜੇ ਆ ਪਰੌਂਠੇ ਬਣਾ ਰਹੇ ਨੇ ਸੜਕਾਂ ਦੇ ਉੱਤੇ ਜਿਹੜਾ ਸਾਰਾ ਕੁਝ ਸਮਾਨ ਅਤੇ ਜਿਹੜੀਆਂ ਦੁਕਾਨਾਂ ਅਗਲੇ ਪਾਸੇ ਨੇ ਜਿਹੜੀਆਂ ਹੈਰੀਟੇਜ ਸਟੇਟ ਦੇ ਦੁਕਾਨਾਂ ਵਾਲੇ ਉਹ ਸਾਰੇ ਦੁਕਾਨਦਾਰ ਜਿਹੜੇ ਇਹਨਾਂ ਗਲੀਆਂ ਦੇ ਵਿੱਚ ਆਪਣੇ ਵਹੀਕਲ ਪਾਰਕ ਕਰ ਜਾਂਦੇ ਜਿਹੜੇ ਇਸ ਗਲੀ ਦੇ ਵਿੱਚ ਲਹਿਣ ਵਾਲੇ ਲੋਕ ਆ ਉਹਨਾਂ ਨੂੰ ਬੜੀ ਸਮੱਸਿਆ ਆ ਰਹੀ ਸੀ ਉਹ ਅੱਜ ਅਸੀਂ ਕਾਰਪੋਰੇਸ਼ਨ ਦੇ ਸਹਿਯੋਗ ਦੇ ਨਾਲ ਪਹਿਲ ਪਹਿਲਾਂ ਅਸੀਂ ਇੱਥੇ ਵਾਰਨਿੰਗ ਕਰਕੇ ਗਏ ਸੀ ਕਿ ਤੁਸੀਂ ਆਪਣੀਆਂ ਸੜਕਾਂ ਦਾ ਸਮਾਨ ਚੁੱਕ ਲਓ ਕੱਲ੍ਹ ਅਸੀਂ ਬਕਾਇਦਾ ਮੈਂ ਅਤੇ ਸਾਡੇ ਏ ਸੀ ਪੀ ਸਾਹਿਬ ਨਾਲ ਕਾਰਪੋਰੇਸ਼ਨ ਦੇ ਅਧਿਕਾਰੀ ਵਾਰਨਿੰਗ ਕਰਕੇ ਗਏ ਸੀ ਅੱਜ ਅਸੀਂ ਵਿਦ ਕਾਰਪੋਰੇਸ਼ਨ ਆਏ ਹਾਂ ਅਤੇ ਜਿਹੜੇ ਜਿਹੜਾ ਸਮਾਨ ਰੋਡ ਦੇ ਉੱਤੇ ਪਿਆ ਸੀ ਉਹ ਜਿਹੜਾ ਕਾਰਪੋਰੇਸ਼ਨ ਨੇ ਆਪਣੇ ਕਬਜ਼ੇ 'ਚ ਲੈ ਲਿਆ ਵਾ ਅਤੇ ਜਿਹੜੇ ਦੁਕਾਨਦਾਰ ਸਾਨੂੰ ਜ਼ਿੰਮੇਵਾਰੀ ਦਿੰਦੇ ਆ ਕਿ ਚਲੋ ਮਾਤੜਾ ਆਦਮੀ ਵੀ ਮੈਂ ਆਪਣੀ ਦੁਕਾਨ ਦੇ ਵੇਖੋ ਇਹਨਾਂ ਨੇ ਇਹ ਦਿਨੇਸ਼ ਟੀ ਸਟਾਲ ਆ ਇਹਦੀ ਆਪਣੀ ਅੰਦਰ ਬਾਹਰ ਦੁਕਾਨ ਹੈ ਲੇਕਿਨ ਇਹ ਸੜਕ ਦੇ ਉੱਤੇ ਲਾ ਰਿਹਾ ਲੋਹੇ ਦਾ ਬਣਾ ਕੇ ਉਹਦੇ 'ਚ ਗੈਸ ਸਿਲੰਡਰ ਰੱਖਿਆ ਉਹਦੇ ਵਿੱਚ ਸਾਰਾ ਸਮਾਨ ਰੱਖਿਆ ਮੰਨ ਲਓ ਗੱਲ ਜੇ ਇਸ ਬਾਜ਼ਾਰ 'ਚ ਦਰਬਾਰ ਸਾਹਿਬ ਤੋਂ ਹਾਰਡਲੀ 50 ਗਜ਼ ਦੀ ਦੂਰੀ 'ਤੇ ਆ ਇਹ ਬਾਜ਼ਾਰ ਭਰਿਆ ਹੀ ਰਹਿੰਦਾ 24 ਘੰਟੇ ਖਾਸ ਕਰਕੇ ਸ਼ਨੀ ਐਤਵਾਰ ਜੇ ਮੰਨ ਲਓ ਗੱਲ ਇਹ ਸਿਲੰਡਰ ਨੂੰ ਅੱਗ ਲੱਗ ਜੇ ਤਾਂ ਘੱਟੋ ਘੱਟ ਕਿੰਨੇ ਬੰਦਿਆਂ ਦਾ ਨੁਕਸਾਨ ਹੋਵੇ ਔਰ ਮੈਂ ਤਾਂ ਸ਼ੁਕਰ ਗੁਰੂ ਰਾਮਦਾਸ ਜੀ ਦਾ ਕਰਦਾ ਇਹ ਵਿਚਾਰ ਆ ਪਰ ਅੱਜ ਉਹਨੇ ਇਹਨੂੰ ਕਿਹਾ ਵੀ ਜੇ ਤੂੰ ਲਾਉਣੀ ਆਪਣੀ ਦੁਕਾਨ 'ਤੇ ਆਪਣੀ ਦੁਕਾਨ ਦੇ ਅੰਦਰ ਕੰਮ ਕਰ ਸੜਕ ਦੇ ਉੱਤੇ ਕਿਸੇ ਦੁਕਾਨ ਦੇ ਕਿਸੇ ਨੂੰ ਸਿਲੰਡਰ ਨਹੀਂ ਲਾਉਣ ਦੇਣਾ ਇਹ ਅਸੀਂ ਸਾਰਿਆਂ ਦੇ ਸਹਿਯੋਗ ਦੇ ਨਾਲ ਆ ਔਰ ਮੈਨੂੰ ਆਸ ਹੈ ਵੀ ਅੰਮ੍ਰਿਤਸਰ ਵਾਸੀ ਜਿਹੜੇ ਆ ਇਹ ਕਾਨੂੰਨ ਦੀ ਪਾਲਣਾ ਕਰਨ ਵਾਲੇ ਆ ਅਤੇ ਸਾਡਾ ਪੂਰਾ ਸਹਿਯੋਗ ਕਰਨਗੇ ਥੈਂਕ ਯੂ ਆਪਣੀ ਮੌਜੂਦਾ ਸਰਕਾਰ ਦੇ ਹੁੰਦੇ ਵੀ ਕੰਮ ਨਹੀਂ ਕਰਦੇ ਮੈਂ ਨਸ਼ਾ ਵੇਚਣ ਮੈਂ ਮਿਹਨਤ ਕਰਦਾ ਪਿਆ
ਮਾਨ ਸਾਹਿਬ ਦੀ ਸਰਕਾਰ ਬਣੀ ਹੈ, ਮੈਂ ਆਮ ਆਦਮੀ ਪਾਰਟੀ ਜ਼ਿਲ੍ਹਾ ਜੁਆਇੰਟ ਸਕੱਤਰ, ਸਾਰੇ ਲੋਕਾਂ ਨੂੰ ਦੱਸਣਾ ਇਹ ਚਾਹੁੰਦਾ, ਮੈਂ ਗਲਤ ਫਾਇਦਾ ਨਹੀਂ ਚੁੱਕਣ ਦਿਆ, ਮੈਂ ਮਿਹਨਤ ਕਰ ਰਿਹਾ, ਜਾਂ ਮੈਂ ਨਸ਼ਾ ਵੇਚਣ ਦਿਆ, ਜਾਂ ਮੈਂ ਕੋਈ ਬਲੈਕ ਕਰਨ ਦਿਆ, ਫਿਰ ਮੈਨੂੰ ਕਹਿਣ ਦੇ ਹੱਕਦਾਰ ਬਣਦੇ ਆ। ਦੂਜੀ ਗੱਲ, ਮਾਨ ਸਾਹਿਬ ਨੇ ਮਿਹਨਤ ਬਖਸ਼ੀ ਹੈ ਸਾਨੂੰ, ਅਕਾਲੀ ਕਾਂਗਰਸੀਆਂ ਵਾਂਗ ਨਾ ਅਸੀਂ ਗਲਤ ਧੰਦਾ ਕੀਤਾ ਤੇ ਨਾ ਅਸੀਂ ਕਰਨਾ, ਮਿਹਨਤ ਕਰਦੇ ਪਿਆ, ਮੈਂ ਮਿਹਨਤ ਕਰਦਾ ਪਿਆ। ਚਾਂਸ ਹੈ ਗੱਲ ਹੈ, ਆਪਾਂ ਸੜਕ 'ਚ ਨਾ ਕਰੀਏ, ਕਰਵਾ ਦਿੰਦੇ ਐ। ਐਸਪੀ ਸਾਹਿਬ ਕਰਵਾ ਸੜਕੇ ਆ, ਐਸਪੀ ਸਾਹਿਬ ਜੀ ਸੜਕ ਤੇ ਆ, ਤੇ ਫਿਰ ਅਸੀਂ ਨਸ਼ੇ ਵੱਲ ਕਿਉਂ ਨਹੀਂ ਜਾਂਦੇ, ਨਸ਼ੇ ਦੇ ਕਾਰੋਬਾਰੀਆਂ ਦੇ ਘਰ ਤੱਕ ਕਿਉਂ ਨਹੀਂ ਵੜਦੇ? ਚਾਂਸ ਹੈ ਗੱਲ ਦੀ, ਚੀਜ਼ਾਂ ਤੇ ਬਹੁਤ ਹੈਗੀਆਂ ਨੇ, ਆਪਾਂ ਕਰਨ ਜਾਈਏ, ਚੀਜ਼ਾਂ ਦੇ ਇੱਥੇ ਕਰਨ ਜਾਈਏ ਬਹੁਤ ਹੈਗੀਆਂ ਨੇ, ਲੇਕਿਨ ਇਹਨਾਂ ਚੀਜ਼ਾਂ 'ਚ ਪੈਣਾ ਨਹੀਂ ਚਾਹੀਦਾ। ਠੀਕ ਹੈ, ਹਾਂਜੀ, ਦੇਖੋ ਜੇ ਇਹ ਕਵੇ ਵੀ ਮੇਰੀ ਇੱਥੇ ਲੱਗਣ ਦਿਓ, ਨਹੀਂ ਫੇਰ ਤਾਂ ਸਾਰੇ ਚਾਹ ਦਾ ਕੀ ਕਸੂਰ ਹੈ? ਦੇਖੋ ਚਾਹ ਨੇ, ਮੈਂ ਕਹਿੰਦਾ ਗਰੀਬ ਬੰਦੇ ਦੇ ਵੱਲ ਜਾਓ ਨਾ, ਗਰੀਬ ਬੰਦੇ ਵੱਲ ਜਾਓ ਨਾ, ਰਾਹ ਬੰਦ ਹੀ ਕਰਦੀ ਹੈ ਸਰ, ਨਹੀਂ ਰਾਹ ਨਾ ਬੰਦ ਕਰੋ, ਮੈਂ ਇਹ ਨਹੀਂ ਕਹਿੰਦਾ ਰਾਹ ਬੰਦ, ਮੀਡੀਆ ਮੇਰੇ ਕੋਲ ਹੋਵੇ।